ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਲਗਾਤਾਰ ਬਦਲਾਅ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਨਵੀਆਂ ਪਾਲਿਸੀਆਂ ਕੈਨੇਡਾ ਦੇ ਵਿੱਚ ਬਣ ਰਹੀਆਂ ਨੇ ਇੱਕ ਵਾਰ ਫਿਰ ਤੋਂ 1 ਨਵੰਬਰ ਨੂੰ ਨਵੇਂ ਬਦਲਾਅ ਲਾਗੂ ਹੋਣ ਜਾ ਰਹੇ ਨੇ ਬਹੁਤ ਤਰ੍ਹਾਂ ਦੀਆਂ ਸਮਾਜ ਦੇ ਵਿੱਚ ਕਨਫਿਊਜ਼ਨਸ ਨੇ ਕਈ ਤਰ੍ਹਾਂ ਦੇ ਪਰਮਪਲੇਖੇ ਨੇ ਸੋਸਾਇਟੀ ਦੇ ਵਿੱਚ ਪਰ ਸਵਾਲ ਇਸ ਦੇ باوجود ਵੀ ਬਰਕਰਾਰ ਹੈ ਕਿ ਕੈਨੇਡਾ ਇੰਨੇ ਸਾਰੇ ਬਦਲਾਅ ਕਿਉਂ ਕਰ ਰਿਹਾ ਹੈ ਕਿ ਭਵਿੱਖ ਵਿੱਚ ਕੈਨੇਡਾ ਸਾਡੇ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਚਾਹੁੰਦਾ ਹੀ ਨਹੀਂ ਵੀਜ਼ਾ ਦੇਏਗਾ ਜਾਂ ਨਹੀਂ ਦੇਏਗਾ ਪੀਆਰ ਦੇਏਗਾ ਜਾਂ ਨਹੀਂ ਦੇਏਗਾ ਇਹ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੇ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਦੇ ਵਿੱਚ ਕੋਈ ਧਰਨੇ ਤੇ ਬੈਠਾ ਹੈ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਸਾਨੂੰ ਪੀਆਰ ਨਹੀਂ ਮਿਲ ਰਹੀ ਉਥੇ ਕੰਮ ਕਹਿੰਦੇ ਸਾਨੂੰ ਘਟ ਹੈ ਜੋ ਕੁਝ ਕੈਨੇਡਾ ਚ ਵਾਪਰ ਰਿਹਾ ਹੈ ਇਹਦੇ ਪਿੱਛੇ ਕੀ ਕੋਈ ਸੋਚੀ ਸਮਝੀ ਰਾਨੀਤੀ ਹੈ ਕਿਸੇ ਤਰ੍ਹਾਂ ਦੀ ਖਤਰੇ ਵਾਲੀ ਗੱਲ ਹੈ ਸਾਰੀਆਂ ਗੱਲਾਂ ਜਸਮੀਤ ਪਾਟਿਆ ਜੀ ਦੇ ਨਾਲ ਕਰਦੇ ਆ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਥੈਂਕ ਯੂ ਜਸਮੀਤ ਜੀ ਸਿੱਧੇ ਸਵਾਲ ਤੇ ਆਉਣਾ ਕੈਨੇਡਾ ਕੀ ਕਰ ਰਹੀ ਹੈ ਇਹ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਸਰ ਪਹਿਲੀ ਚੀਜ਼ ਮੈਂ ਕਲੀਅਰ ਕਰਦਾ ਸਾਰਿਆਂ ਨੂੰ ਕਿਉਂਕਿ ਮੈਨੂੰ ਨਾ ਬਹੁਤ ਸਾਰੇ ਕਾਲਸ ਆ ਰਹੇ ਨੇ ਕੈਨੇਡਾ ਤੋਂ ਵੀ ਔਰ ਜਿਹੜੇ ਬੱਚਿਆਂ ਦੇ ਵੀਜ਼ਾ ਲੱਗ ਚੁੱਕੇ ਆ ਉਹਨਾਂ ਤੋਂ ਵੀ ਕਿ ਪਹਿਲਾਂ ਤਾਂ ਉਹ ਸਾਰੇ ਪੁੱਛ ਰਹੇ ਆ ਕੀ ਸਾਨੂੰ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਵਰਕ ਪਰਮਿਟ ਜਿਹੜੇ ਵੀ ਬੱਚੇ ਹੁਣ ਕੈਨੇਡਾ ਲਾਣਗੇ ਜਾਂ ਜਿਹੜੇ ਬੱਚੇ ਕੈਨੇਡਾ ਜਾ ਚੁੱਕੇ ਨੇ ਔਰ 1 ਨਵੰਬਰ ਤੋਂ ਪਹਿਲਾਂ ਜਿਹੜੇ ਆਪਣੀ ਫਾਈਲ ਲਗਾਣਗੇ ਉਹਨਾਂ ਸਾਰਿਆਂ ਨੂੰ ਵਰਕ ਪਰਮਿਟ ਮਿਲੇਗਾ ਔਰ ਜਿਹੜੇ ਅਜੇ ਰਿਟਚ ਕੈਨੇਡਾ ਚ ਵੀ ਹੈ ਦੇ ਆਰ 올 ਐਲੀਜੀਬਲ ਫਾਰ ਵਰਕ ਪਰਮਿਟ ਸੋ ਸਟੂਡੈਂਟਸ ਪਹਿਲੀ ਗੱਲ ਤਾਂ ਉਹ ਬੱਚਿਆਂ ਨੂੰ ਬਹੁਤ ਸਾਰੀ ਕਨਫਿਊਜ਼ਨ ਬਣੀ ਹੋਈ ਹੈ ਕਿ ਮੈਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਮਿਲੇਗਾ ਸੋ ਇਹ ਆਪਣੀ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਕਰ ਲੋ ਸਾਰਿਆਂ ਨੂੰ ਵਰਕ ਪਰਮਿਟ ਮਿਲੇਗਾ ਜਿਹੜੇ ਆਲਰੇਡੀ ਕੈਨੇਡਾ 'ਚ ਹੈ ਜਾਂ ਜਿਹੜੇ 1 ਨਵੰਬਰ ਤੋਂ ਪਹਿਲਾਂ ਆਪਣੀ ਫਾਈਲ ਲਾਉਣਗੇ ਸੋ ਉਸ ਤੋਂ ਬਾਅਦ ਆਨੇ ਹੈ ਕਿ ਕੈਨੇਡਾ ਇਹ ਚੇਂਜਸ ਕਿਉਂ ਕਰ ਰਿਹਾ ਸੋ ਦੇਖੋ ਸਰ ਜਦੋਂ ਕੈਨੇਡਾ ਨੇ ਵੀਜ਼ਾ ਦਿੱਤੇ ਤਾਂ ਉਦੋਂ ਇਹ ਹੋਇਆ ਕਿ ਕੈਨੇਡਾ ਨੇ ਵੀਜ਼ਾ ਬਹੁਤ ਹੀ ਖੁੱਲੇ ਦਿਲ ਨਾਲ ਦਿੱਤੇ ਔਰ ਬੱਚੇ ਬਹੁਤ ਜ਼ਿਆਦਾ ਚਲੇ ਗਏ ਪਰ ਸਾਡੇ ਅਸੀਂ ਕਹੀਏ ਕਿ ਸਾਨੂੰ ਜਿਹਨੂੰ ਕਹਿੰਦੇ ਨੇ ਨਾ ਕਿ ਠੰਡਾ ਕਰਕੇ ਖਾਣਾ ਨਹੀਂ ਆਇਆ ਠੰਡਾ ਕਰਕੇ ਖਾਣਾ ਨਹੀਂ ਆਇਆ ਮੈਂ ਸਾਰਿਆਂ ਨੂੰ ਕਹਾਂਗਾ ਕਿ ਜਿਹਨੂੰ ਕਹਿੰਦੇ ਨੇ ਕਿ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਜੇ ਕੈਨੇਡਾ ਸਾਨੂੰ ਪ੍ਰਿਵੀਲੇਜ ਸਮਝ ਕੇ ਸਾਨੂੰ ਵੀਜ਼ਾ ਦੇ ਰਿਹਾ ਤਾਂ ਸਾਨੂੰ ਕੀ ਕਹਿੰਦੇ ਆ ਉਸ ਵੀਜ਼ਾ ਦੀ ਰਿਸਪੈਕਟ ਕਰਨੀ ਚਾਹੀਦੀ ਸੀ ਅਸੀਂ ਉੱਥੇ ਜਾ ਕੇ ਪੜ੍ਹਾਈ ਨਹੀਂ ਕੀਤੀ ਅਸੀਂ ਇਸ ਚੀਜ਼ ਨੂੰ ਮੈਨੂੰ ਕਹਾਂਗੇ ਮਿਸਯੂਜ਼ ਕੀਤਾ ਜਿਹੜੇ ਵੀਜ਼ੇ ਸਾਨੂੰ ਮਿਲੇ ਔਰ ਉਸ ਚੀਜ਼ ਨੂੰ ਅਸੀਂ ਮਿਸਯੂਜ਼ ਕੀਤਾ ਸੋ ਸਟੂਡੈਂਟਸ ਕੀ ਕਹਿੰਦੇ ਆ ਫੇਰ ਕੀ ਹੋਇਆ ਕਿ ਹੁਣ ਕੈਨੇਡਾ ਨੇ ਦੇਖਿਆ ਕਿ ਸਾਡੇ ਜਿਹੜੇ ਬੱਚੇ ਇੰਡੀਆ ਤੋਂ ਆ ਰਹੇ ਨੇ ਏਸ਼ੀਆ ਤੋਂ ਆ ਰਹੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਕਿੱਦਾਂ ਆਪਾਂ ਉੱਥੇ ਕਿਹੜਾ ਕੋਰਸ ਲੈਣਾ ਹੈ ਕਿੱਦਾਂ ਪੀਆਰ ਲੈਣੀ ਹੈ ਉਹ ਨਾਲੇ ਫਿਰ ਉਹਨਾਂ ਨੇ ਪ੍ਰਾਈਵੇਟ ਕਾਲਜੇਸ ਬੰਦ ਕਰਾ ਦਿੱਤੇ ਜੇ ਜਿਹੜੇ ਕਾਲਜੇਸ 'ਚ ਆ ਕੇ ਉਹ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਪਤਾ ਕਿ ਇੱਥੇ ਪੜ੍ਹਾਈ ਨਹੀਂ ਚੱਲ ਰਹੀ ਤਾਂ ਇਹਨਾਂ ਨੂੰ ਬੰਦ ਕਰਤਾ ਫਿਰ ਉਹਨਾਂ ਨੇ ਕਿਹਾ ਕਿ ਹੁਣ ਉਹ ਕਾਲਜੇਸ 'ਚ ਵੀ ਵਰਕ ਪਰਮਿਟ ਮਿਲੇਗਾ ਜਿਹੜੇ ਸਰਕਾਰੀ ਆ ਹੁਣ ਉਹਨਾਂ ਨੇ ਲਿਖਿਆ ਕਿ ਯਾਰ ਇਹ ਤਾਂ ਫੇਰ ਵੀ ਨਹੀਂ ਠੀਕ ਹੋ ਰਿਹਾ ਸਿਸਟਮ ਫਿਰ ਉਹਨਾਂ ਨੇ ਕਿਹਾ ਕਿ ਆ ਯਾਰ 964 ਕੋਰਸੇਸ ਆ ਜੇ ਤੁਸੀਂ ਇਹਦੇ 'ਚ ਆਓਗੇ ਤਾਂ ਤੁਹਾਨੂੰ ਵਰਕ ਪਰਮਿਟ ਮਿਲੇਗਾ ਪੀਆਰ ਮਿਲੇਗੀ ਪਾਰਟ ਟਾਈਮ ਜੌਬ ਮਿਲੇਗੀ ਸੋ ਕੈਨੇਡਾ ਐਕਚੁਅਲੀ ਸਾਡੇ ਬੱਚਿਆਂ ਦਾ ਇੱਕ ਮਾਰਗਦਰਸ਼ਨ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹਨਾਂ ਨੂੰ ਰਸਤਾ ਦਿਖਾ ਰਿਹਾ ਕਿ ਆਹ ਕੋਰਸ ਕਰੋ ਇਨ ਹੈ ਛੋਟੇਜ ਹੈਗੀ ਆ ਇੱਥੇ ਜੌਬਸ ਵੀ ਹੈਗੀਆਂ ਇਹ ਕੋਰਸ ਕਰਕੇ ਤੁਹਾਨੂੰ ਪੀਆਰ ਵੀ ਮਿਲੇਗੀ ਜੌਬ ਵੀ ਮਿਲੇਗੀ ਔਰ ਤੁਸੀਂ ਸੈਟਲ ਵੀ ਹੋਗੇ ਸੋ ਐਕਚੁਅਲੀ ਇਟ ਇਜ਼ ਅ ਸਟ੍ਰੈਟਜੀ ਟੂ ਬ੍ਰਿੰਗ ਇਨ ਇੰਟਰਨੈਸ਼ਨਲ ਸਟੂਡੈਂਟਸ to study in canada and settle in canada in shortage skill list hm theek hai eh tusi mahatvapurn gallan kitiyan ne hun ehda matlab hai ki pr dara edde te vi clarity kar do sir pr da ra sarkar ne aap e banata 2026 ch 7 lakh trades ch sarkari naukriyan khali ho riyan 7 lakh trades ch ਸੋ ਟ੍ਰੇਡਸ ਪੜੋ ਸਰਕਾਰੀ ਨੌਕਰੀ ਵੀ ਲੈ ਸਕਦੇ ਹੋ ਹੈਲਥ ਪੜੋ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਲੈ ਸਕਦੇ ਹੋ ਸਟੈਮ ਪੜੋ ਬਹੁਤ ਸਾਰੀਆਂ ਨੌਕਰੀਆਂ ਹੈਗੀਆਂ ਐਗਰੀਕਲਚਰ ਪੜੋ ਅਨਲਿਮਿਟਿਡ ਓਪਰਚ्युनिटीज ਹੈਗੀਆਂ ਸੋ ਕੈਨੇਡਾ ਨੇ ਇੱਕ ਤਾਂ ਡੈਲੀ ਰਾਹ ਖੋਲਤਾ ਹੈ ਕਿ ਆ ਪੜੋਗੇ ਇਦਾਂ ਪਾਰਟ ਟਾਈਮ ਜੌਬ ਮਿਲੇਗੀ ਇਦਾਂ ਪੀਆਰ ਮਿਲੇਗੀ ਸੋ ਜਿਹੜੇ ਬੱਚੇ ਕੋਰਸੇਸ ਪੜਨਗੇ ਉਹਨਾਂ ਨੂੰ ਪੜਨਗੇ ਹੁਣ ਪੜਨ ਵਾਲਾ ਬੱਚਾ ਹੀ ਕੈਨੇਡਾ ਜਾਏ ਜਿੰਨੇ ਨਹੀਂ ਪੜਨਾ ਦੇਖੋ ਉਹ ਬੇਸਿਕਲੀ ਜੇ ਇਲੀਗਲ ਹੋਣ ਜਾ ਰਹੇ ਹੋ ਮੈਂ ਪਹਿਲਾ ਕੰਸਲਟੈਂਟ ਹੋਊਂਗਾ ਤੁਹਾਨੂੰ ਕਹੂੰਗਾ ਇਲੀਗਲ ਹੋਣ ਨਾ ਜਾਓ ਕਿਉਂਕਿ ਅੱਜ ਦੀ ਰੇਟ 'ਚ ਇੰਡੀਆ 'ਚ ਵੀ ਜੇ ਤੁਸੀਂ ਮਿਹਨਤ ਕਰੋਗੇ ਪੈਸੇ ਕਮਾ ਸਕਦੇ ਹੋ ਪਰ ਇਲੀਗਲ ਕਿਸੇ ਕੰਟਰੀ ਹੋਣ ਨਾ ਜਾਓ ਕਿਉਂਕਿ ਉਹਦੇ ਨਾਲ ਸਾਡਾ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਜਦੋਂ ਆਪਾਂ ਅਸੀਂ ਉੱਥੇ ਰੂਲਸ ਫਾਲੋ ਨਹੀਂ ਕਰਦੇ ਇੱਕ ਇੰਡੀਅਨ ਕਮਿਊਨਿਟੀ ਤੇ ਥੱਬਾ ਲੱਗਦਾ ਕਿ ਯਾਰ ਇਹ ਤਾਂ ਇਦਾਂ ਹੀ ਕਰਦੇ ਨੇ ਸੋ ਸਾਨੂੰ ਲੱਗਦਾ ਹੋਵੇਗਾ ਕਿ ਗੋਰੇ ਜੇ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਗੋਰੇ ਸ਼ਾਇਦ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਪਰ ਜਦੋਂ ਅਸੀਂ ਆਪਣੀ ਲੈਂਗੁਏਜ ਵਿੱਚ ਵੀ ਗੱਲ ਕਰਦੇ ਹਾਂ ਤਾਂ ਗੋਰਿਆਂ ਨੂੰ ਕੁਝ-ਕੁਝ ਸਮਝ ਆ ਜਾਂਦੀ ਹੈ ਕਿ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ہیں ਕੀ ਭਵਿੱਖ ਹੈ ਕੀ ਹੈਗਾ ਇਹ ਸਾਰਾ ਸਿਸਟਮ ਹੁਣ ਜਸਮੀਤ ਜੀ ਮੈਨੂੰ ਇੱਥੇ ਇੱਕ ਗੱਲ ਆ ਵੀ ਫਿਰ ਸਾਫ਼ ਕਰੋ ਜਿਹੜਾ ਆ ਇੱਕ ਕਨਫਿਊਜ਼ਨ ਹੈ ਕਿ 1 ਨਵੰਬਰ ਤੋਂ ਪਹਿਲਾਂ ਫਾਈਲ ਲਾਈਏ ਜਾਂ ਨਾ ਲਾਈਏ 1 ਨਵੰਬਰ ਤੋਂ ਪਹਿਲਾਂ ਲਾਓ ਫਾਇਦਾ ਹੈ ਤੁਸੀਂ ਕਹਿ ਰਹੇ ਹੋ 1 ਨਵੰਬਰ ਤੋਂ ਬਾਅਦ ਲਾਉਣ ਦਾ ਵੀ ਫਾਇਦਾ ਫਿਰ ਇਹ ਗੱਲ ਤਾਂ ਖਤਮ ਹੋ ਗਈ ਵੀ 1 ਨਵੰਬਰ ਤੋਂ ਪਹਿਲਾਂ ਫਾਈਲ ਲਾਉਣੀ ਹੈ ਜਾਂ ਬਾਅਦ ਫਾਈਲ ਲਾਉਣੀ ਹੈ ਸਹੀ ਕਨਸਲਟੈਂਟ ਦੀ ਲੋੜ ਹੈ ਸਾਰੀਆਂ ਕਨਫਿਊਜ਼ਨਾਂ ਦੂਰ ਕਰ ਦਾਂਗੇ ਹਰ ਬੱਚੇ ਨੂੰ ਵਰਕ ਪਰਮਿਟ ਦਵਾਵਾਂਗੇ ਹਰ ਬੱਚੇ ਨੂੰ ਇਦਾਂ ਦਾ ਕੋਰਸ ਦਵਾਵਾਂਗੇ ਜਿਹਦੇ ਚੋਂ ਉਹਨੂੰ ਵਰਕ ਪਰਮਿਟ ਮਿਲੇਗਾ ਹਰ ਬੱਚੇ ਨੂੰ ਪੀਆਰ ਤੱਕ ਦੀ ਮਦਦ ਕਰਾਂਗੇ ਇਸ ਚੀਜ਼ ਦਾ ਆਪਾਂ ਸਾਰੇ ਸਟੂਡੈਂਟਸ ਨੂੰ ਕਹਿੰਨੇ ਆ ਕਿ ਇੱਕ ਸਹੀ ਕਨਸਲਟੈਂਟ ਜਦੋਂ ਚੂਜ਼ ਕਰੋਗੇ ਅੱਜ ਦੀ ਰੇਟ 'ਚ ਜੇ ਅਸੀਂ 30000 ਬੱਚੇ ਭੇਜੇ ਹੋਣਗੇ ਤੇ ਉਹਦੇ ਚੋਂ 25000 ਦੀ ਪੀਆਰ ਹੋ ਚੁੱਕੀ ਹੋਣੀ ਆ ਔਰ ਜੋ 5000 ਪੀਆਰ ਨਹੀਂ ਹੋਈ ਉਹ ਇਸ ਕਾਰਨਾ ਕਰਕੇ ਨਹੀਂ ਹੋਈ ਕਿ ਉਹਨੇ ਪੜ੍ਹਾਈ ਨਹੀਂ ਕੀਤੀ ਉਹਨੇ ਕੀ ਕਹਿੰਦੇ ਉੱਥੇ ਜਾ ਕੇ ਕਾਲਜ ਛੱਡਤਾ ਉਹ ਇਲੀਗਲ ਹੋ ਗਿਆ ਸੋ ਇਹ ਕਾਰਨਾ ਕਰਕੇ ਹੋਈ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਨੂੰ ਪੇਸ਼ੈਂਸ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਪੇਸ਼ੈਂਸ ਰੱਖਾਂਗੇ ਤਾਂ ਸਬਰ ਦਾ ਫਲ ਮਿੱਠਾ ਹੋਏ ਬਸ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਵਿਸ਼ਾ ਸਾਡੇ ਨਾਲ ਸਾਂਝਾ ਕੀਤਾ ਜਸਪੀਤ ਪਾਟਿਆ ਜੀ ਨੇ ਕੋਈ ਕਨਫਿਊਜ਼ਨ ਹੈ ਵਿਦਿਆਰਥੀਆਂ ਨੂੰ ਤੇ 90413 90412 ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਪਰਸਨਲੀ ਜਸਮੀਤ ਜੀ ਨੂੰ ਮਿਲੋ 15 ਅਕਤੂਬਰ ਨੂੰ ਸੈਕਟਰ 17 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਕੈਰੀਅਰ ਵਰਕਸ਼ਾਪ ਹੈ ਉਸ ਤੋਂ ਬਾਅਦ ਜਸਮੀਤ ਪਾਟਿਆ ਜੀ 17 ਅਕਤੂਬਰ ਨੂੰ ਬਠਿੰਡੇ ਦੇ ਵਿੱਚ ਮਿਲਣਗੇ 19 ਅਕਤੂਬਰ ਨੂੰ ਅੰਮ੍ਰਿਤਸਰ ਆਫਿਸ ਦੇ ਵਿੱਚ ਰਣਜੀਤ ਐਵੇਨਿਊ ਦੇ ਵਿੱਚ ਔਰ 23 ਅਕਤੂਬਰ ਨੂੰ ਮੁਰਤੋਂ ਚੰਡੀਗੜ੍ਹ ਦੇ ਵਿੱਚ ਅਰੋਮਾ ਹੋਟਲ ਦੇ ਵਿੱਚ ਸੋ ਇਹਨਾਂ ਸਾਰੀ ਸਾਰੀ ਜਗ੍ਹਾ ਤੇ ਕੈਰੀਅਰ ਪਲੈਨਿੰਗ ਵਰਕਸ਼ਾਪਸ ਦੇ ਵਿੱਚ ਤੁਸੀਂ ਜਸਮੀਤ ਜੀ ਨੂੰ ਨਿੱਜੀ ਤੌਰ ਤੇ ਵੀ ਮਿਲ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਧੰਨਵਾਦ